ਕਹਿੰਦੇ ਨੇ ਕਿ ਚੀਫ ਸੈਕਟਰੀ ਸਾਹਿਬ ਜਿਹੜੇ ਬਦਲ ਕੇ ਸਿਨਹਾ ਸਾਹਿਬ ਨੂੰ ਲਾਇਆ ਗਿਆ ਅਤੇ ਇਹਦੇ ਮਗਰ ਵੀ ਕਹਿੰਦੇ ਕਹਾਣੀ ਬੜੀ ਰੌਚਕ ਹੈ ਕਿਉਂਕਿ ਆਪਾਂ ਪਿਛਲੇ ਦਿਨਾਂ ਤੋਂ ਵੇਖ ਹੀ ਰਹੇ ਹਾਂ ਕਿ ਜਿਹੜਾ ਬਦਲੀਆਂ ਵਾਲਾ ਦੌਰ ਚੱਲ ਰਿਹਾ ਉਹਦੇ ਵਿੱਚ ਕੁਛ ਕਹਾਣੀਆਂ ਸਮਝ ਆ ਵੀ ਨਹੀਂ ਰਹੀਆਂ ਅਤੇ ਕਈ ਜਿਹੜੀਆਂ ਆ ਰਹੀਆਂ ਉਹ ਰੌਚਕ ਲੱਗ ਰਹੀਆਂ ਨੇ। ਹੁਣ ਇਹ ਕਿੰਨੀ ਕੁ ਰੌਚਕ ਹੈ ਅਤੇ ਕਿੰਨੀ ਕੁ ਸਮਝ ਆ ਰਹੀ ਹੈ ਸਾਡੇ, ਇਹਨੂੰ ਮਾੜਾ ਜਿਹਾ ਸਮਝਾਓ ਤੁਸੀਂ। ਬਦਲਾਵ ਕੇ ਪਾਮ ਫੂਲ ਰਹੇ ਹੈ, ਬਦਲੀਓ ਕੇ ਝੰਡੇ ਝੂਲ ਰਹੇ ਹੈ। ਬਿਲਕੁਲ ਠੀਕ ਹੈ ਨਾ ਸਾਹਿਬ, ਆਹੀ ਕੁਛ ਚੱਲਦਾ ਪਿਆ। ਹੁਣ ਮਸਲਾ ਜਿਹੜਾ ਦੇਖੋ, ਸਿਆਸੀ ਕਿੱਸਿਆਂ ਦੇ ਪਿੱਛੇ ਆਲਵੇਸ ਕਹਾਣੀਆਂ ਹੁੰਦੀਆਂ ਨੇ ਸੁਖਮ ਜੀ, ਦਿਲਚਸਪ ਕਹਿ ਲਓ ਉਹਨਾਂ ਨੂੰ, ਰੌਚਕ ਕਹਿ ਲਓ। ਔਰ ਇੰਡੀਆ 'ਚ ਕਿੱਸੇ ਕਹਾਣੀਆਂ ਬਹੁਤ ਸ਼ਿੱਦਤ ਦੇ ਨਾਲ ਸੁਣੀਆਂ ਜਾਂਦੀਆਂ ਬਿਲਕੁਲ, ਬਹੁਤ ਪਸੰਦ ਕੀਤੀਆਂ ਜਾਂਦੀਆਂ ਨੇ ਸਾਹਿਬ। ਰੌਚਕ ਕਿੱਸੇ ਪੁਰਾਣੀ ਪੋਲਿਟੀ ਦੇ ਜੀ, ਸਾਡੇ ਅਰਗੇ ਵੀ ਪੜ੍ਹਦੇ ਆ ਯਾਰ। ਬਿਲਕੁਲ, ਕਿ ਕੀ ਪੁਰਾਣੇ ਰਾਜਨੀਤਿਕ ਬੰਦੇ ਅੱਜ ਦੇ ਰਾਜਨੀਤਿਕ ਬੰਦਿਆਂ ਵਾਂਗੂ ਕਰਦੇ ਸੀ, ਉਹਨਾਂ ਦਾ ਲਿਵਿੰਗ ਸਟੈਂਡਰਡ, ਉਹਨਾਂ ਦੀਆਂ ਜਿਹੜੀਆਂ ਵੈਲਿਊਜ਼ ਕਿਸ ਤਰ੍ਹਾਂ ਦੀਆਂ ਸੀ। ਜੀ ਜੀ, ਅਤੇ ਅੱਜ ਦੀ ਪੀੜ੍ਹੀ ਵੀ ਬਹੁਤ ਹੱਦ ਤੱਕ ਕਹਿ ਲਓ ਕਿ ਇਹ ਰੌਚਕ ਕਿੱਸੇ ਸੁਣਦੀ ਆ। ਹੁਣ ਦੇਖੋ, ਮਿੰਟੂ ਜੀ ਮਾਫ਼ ਕਰਨਾ ਜੀ, ਮੈਂ ਇੱਕ ਮਿੰਟ ਤੁਹਾਨੂੰ ਇੰਟਰਪਟ ਕਰ ਰਿਹਾ। ਕੋਈ ਗੱਲ ਨਹੀਂ ਸੁਖਵੀਰ ਸਿੰਘ ਜੀ, ਬੇਨਤੀ ਹੈ ਭਾਅ ਜੀ, ਤੁਸੀਂ ਮਾੜਾ ਜਿਹਾ ਆਪਦੀ ਭਾਸ਼ਾ ਨੂੰ ਸੰਭਾਲ ਕੇ ਚੱਲੋ। ਆਪਣੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਦੋਸਤ ਜੁੜੇ ਹੋਏ ਨੇ, ਪੂਰੇ ਪਰਿਵਾਰ ਦੇ ਨਾਲ ਆਪਣੇ ਪ੍ਰੋਗਰਾਮ ਨੂੰ ਦੇਖਦੇ ਆ, ਬੀਬੀਆਂ ਜੁੜੀਆਂ ਹੋਈਆਂ ਨੇ। ਵੀਰ ਬਣ ਕੇ ਇੱਦਾਂ ਦਾ ਕੋਈ ਸ਼ਬਦ ਨਾ ਬੋਲੋ ਜਿਹਦੇ ਕਰਕੇ ਸਾਨੂੰ ਪੜ੍ਹਨ ਲੱਗੇ ਸ਼ਰਮਿੰਦਾ ਹੋਣਾ ਪਵੇ, ਅਤੇ ਤੁਹਾਨੂੰ ਤੁਹਾਡੇ ਨਾਂ 'ਤੇ ਸਿੰਘ ਤੁਸੀਂ ਲਾਇਆ ਹੋਇਆ, ਕਿਰਪਾ ਕਰਕੇ ਇੱਦਾਂ ਦੀ ਮਿਹਰਬਾਨੀ ਨਾ ਕਰੋ ਜੀ। ਮਾਫ਼ ਕਰਨਾ ਮਿੰਟੂ ਜੀ। ਨਹੀਂ ਨਹੀਂ, ਬਿਲਕੁਲ ਤੁਹਾਡੀ ਗੱਲ ਦਰੁਸਤ ਆ ਕਿ ਇਹ ਦੇਖ ਲਓ ਅਸੀਂ ਕਿਸ ਮਿਆਰ, ਇਹ ਕਿਹੜੀਆਂ ਗੱਲਾਂ ਕਰਦੇ ਆ। ਗੱਲ ਤਾਂ ਸੁਧਾਰ ਦੀ ਕਰਨ ਡਏ ਆ। ਬਿਲਕੁਲ, ਅਤੇ ਪਿੱਛੇ ਕੀ ਲਾ ਰੱਖਿਆ ਇਹਨਾਂ ਨੇ, ਮਤਲਬ ਕਿ ਤੁਹਾਡੇ ਮੂੰਹ 'ਚ ਆ ਸਭ ਕੁਛ, ਜਿਸ ਮੂੰਹ 'ਚ ਆ ਕੁਛ ਆ ਗਾਉਂਦੇ ਆ, ਉਸ ਮੂੰਹ 'ਚ ਸੁਧਾਰ ਦੀ ਭਾਸ਼ਾ ਮੇਰੇ ਖਿਆਲ ਦੇ ਨਾਲ ਠੀਕ। ਬਿਲਕੁਲ ਬਿਲਕੁਲ ਬਿਲਕੁਲ, ਮੂੰਹ 'ਚ ਚੰਗਾ ਸਮਾਨ ਰੱਖੋ ਅਤੇ ਮੇਰੇ ਖਿਆਲ ਦੇ ਨਾਲ ਠੀਕ ਰਹੋਗੇ, ਹਾਜ਼ਮਾ ਠੀਕ ਰਹੇਗਾ। ਸਾਡੇ ਕੋਲ ਇੱਕੋ ਚਾਰਾ ਸਾਹਿਬ, ਅਸੀਂ ਬਲੌਕ ਕਰ ਦਿਆਂਗੇ। ਬਿਲਕੁਲ, ਅਸੀਂ ਆਪਣੇ, ਸਾਡੀਆਂ ਧੀਆਂ ਭੈਣ, ਸਾਡੇ ਤਾਂ ਬਜ਼ੁਰਗ ਸੁਣਦੇ ਆ ਜੀ, ਮਾਈਆਂ ਸੁਣਦੀਆਂ ਸਾਡੀਆਂ। ਇੱਕ ਮਿੱਤਰ ਉਹਨੂੰ ਦੱਸ ਰਹੇ ਸੀ ਕਿ ਪੂਰਾ ਪਰਿਵਾਰ ਜਾਣੇ ਆ ਤੇ ਪੰਜੋ ਅੱਡੋ ਅੱਡੀ ਕਮੈਂਟ ਵੀ ਪੜਦੇ ਜੀ। ਬਿਲਕੁਲ, ਮਾਫ ਕਰਨਾ ਸੁਖਵੀਰ ਸਿੰਘ ਜੀ, ਅਸੀਂ ਜੀ ਲਾ ਕੇ ਤੁਹਾਨੂੰ ਗੁਜ਼ਾਰਿਸ਼ ਕਰ ਰਹੇ ਹਾਂ, ਇਲਤਜ਼ਾ ਹੈ ਸਾਡੀ ਕਿ ਇਦਾਂ ਨਹੀਂ ਕਰੀਦਾ। ਠੀਕ ਹੈ ਨਾ, ਹੋ ਸਕਦਾ ਤੁਹਾਡਾ ਵੀ ਕੋਈ ਪਰਿਵਾਰਕ ਮੈਂਬਰ ਸੁਣ ਰਿਹਾ ਹੋਵੇ, ਆਈਡੀ ਤੁਹਾਡੀ ਬੇਸ਼ੱਕ ਬਦਲਵੀਂ ਹੋਵੇ ਕੋਈ। ਜੀ ਜੀ ਜੀ, ਬਿਲਕੁਲ। ਤੇ ਕੀ ਉਹ ਮਹਿਸੂਸ ਕਰਨਗੇ ਜਦੋਂ ਇਸ ਤਰ੍ਹਾਂ ਦੇ ਸ਼ਬਦ ਆਪਾਂ ਦੇਵਾਂਗੇ। ਸੋ ਇਹ ਫੈਮਿਲੀ ਹੈ ਸਰ ਸਾਡੀ, ਅਸੀਂ ਆਪਦੀ ਫੈਮਿਲੀ ਦੇ ਅੱਗੇ ਖੜੇ ਹਾਂ ਕਿ ਜੇ ਇੱਥੇ ਕੁਝ ਇਸ ਤਰ੍ਹਾਂ ਦੀ ਪਦੀ ਸ਼ਬਦਾਵਲੀ ਇਸਤੇਮਾਲ ਕਰੇਗਾ, ਇਹ ਸਾਡੀ ਫੈਮਿਲੀ ਹੈ, ਅਸੀਂ ਇਹੋ ਹੀ ਕਰ ਸਕਦੇ ਹਾਂ। ਤੁਹਾਡੇ ਕਰਕੇ ਸਾਨੂੰ ਵੀ ਸ਼ਰਮਿੰਦਾ ਹੋਣਾ ਪੈਂਦਾ ਜੀ। ਬਿਲਕੁਲ ਜੀ। ਖੈਰ ਮਿੰਟੂ ਜੀ, ਆਪਾਂ ਆਪਣੀ ਗੱਲ ਵੱਲ ਨੂੰ ਆਈਏ। ਚੀਫ ਸੈਕਟਰੀ ਸਾਹਿਬ, ਉਹ ਰੌਚਕ ਸ਼ਬਦ ਵਾਲਾ ਤਾਂ ਇਹਨਾਂ ਨੇ ਸਵਾਦ ਹੀ ਖਰਾਬ ਕਰਤਾ। ਚਲੋ ਕੋਈ ਨਹੀਂ, ਜ਼ਰੂਰੀ ਹੈ ਸਰ, ਆਪਾਂ ਇਲਤਜ਼ਾ ਕਰ ਸਕਦੇ, ਬੇਨਤੀ ਕਰ ਸਕਦੇ ਹਾਂ। ਤੋ ਗੱਲ ਇਹ ਆ ਕਿ ਸਾਹਿਬ, ਹੁਣ ਜਿਹੜਾ ਮਾਹੌਲ ਹੈ ਉਹਦੇ ਵਿੱਚ ਅਨੁਰਾਗ ਵਰਮਾ ਨੂੰ ਜਿਸ ਤਰ੍ਹਾਂ ਲਾਇਆ ਗਿਆ, ਉਹ ਤਾਂ ਕਮਾਲ ਹੈ ਸਾਹਿਬ। ਕਹਿੰਦੇ ਆ ਕਿ ਸ਼ਾਮ ਤੱਕ ਦੀਆਂ ਮੀਟਿੰਗਾਂ ਫਿਕਸ ਸਨ ਅਨੁਰਾਗ ਜੀ ਦੀਆਂ, ਅਤੇ ਜੋ ਕਹਿ ਲਓ ਕਿ ਆਪਣਾ ਸੈਕਟਰੀਏਟ ਹੈ, ਮੇਨ ਸੈਕਟਰੀਏਟ ਹੈ, ਉੱਥੇ ਮੀਟਿੰਗਾਂ ਦਾ ਦੌਰ, 6ਵੀਂ ਮੰਜ਼ਿਲ 'ਤੇ ਮੀਟਿੰਗ ਚੱਲ ਰਹੀ ਜੀ ਜੀ। ਅਨੁਰਾਗ ਵਰਮਾ ਮੀਟਿੰਗ ਲੈ ਰਹੇ ਨੇ, ਪੂਰੀਆਂ ਤਿਆਰੀਆਂ ਹੋ ਰਹੀਆਂ, ਝੋਨਾ ਖਰੀਦਣਾ ਹੈ, ਕਿੱਦਾਂ ਇਲੈਕਸ਼ਨ ਨੇ ਪਰੇ ਚੜਾਉਣਾ ਹੈ, ਆਹ ਕਰਨਾ ਆਹ ਕਰਨਾ ਆਹ ਕਰਨਾ, ਯਾਨੀ ਪੂਰਾ ਪੂਰਾ ਜ਼ੋਰ ਲੱਗਾ ਜੀ। ਕਿੰਨੇ ਸੰਸੇ ਅਤੇ ਕਿੰਨੇ ਵਿਸ਼ੇ ਜਿਹੜੇ ਹੁੰਦੇ ਜੀ। ਅਚਾਨਕ ਇੱਕ ਅਧਿਕਾਰੀ ਕਹਿੰਦੇ ਆ ਕਿ ਹਾਲ ਦੇ ਵਿੱਚ ਆਉਂਦਾ, ਅਤੇ ਉਹ ਕੰਨ 'ਚ ਕਹਿੰਦਾ ਕਿ ਸਰ ਕੰਮ ਹੋ ਗਿਆ। ਕਮਾਲ ਹੈ ਜੀ ਸਰ, ਇਹੀ ਕਮਾਲ ਹੈ। ਕਹਿੰਦੇ ਕਿ ਨਾ ਤਾਂ CMO ਨੂੰ ਕੋਈ ਕੰਨੋ ਕੰਨੀ ਖਬਰ ਹੈ, ਮੁੱਖ ਮੰਤਰੀ ਦਫ਼ਤਰ ਨੂੰ ਕੰਨੋ ਕੰਨੀ ਖਬਰ ਹੋਈ ਆ ਜੀ, ਅਤੇ ਨਾ ਹੀ ਜੋ ਪ੍ਰਸ਼ਾਸਕੀ ਅਮਲਾ ਫੈਲਾ ਜਿਹਦੀ ਇੰਟੈਲੀਜੈਂਸ ਬਹੁਤ ਹੁੰਦੀ ਹੈ, ਪਹਿਲਾਂ ਪਤਾ ਹੁੰਦਾ ਕਿਹੜਾ ਕੀ ਹੁਣ ਕਿੱਧਰ ਨੂੰ ਜਾ ਰਿਹਾ ਜੀ, ਕਿਹੜਾ ਤੀਰ ਕਿੱਥੇ ਵੱਜਿਆ, ਫੇਲ ਹੋ ਗਏ ਸਾ। ਸਾਰੇ ਹੈਰਾਨ ਰਹਿ ਗਏ ਕਿ ਆ ਕੀ ਬਣ ਗਿਆ, ਤੀਲੀ ਤੋਂ ਬਣ ਗਿਆ, ਲੌਂਗ ਤੋਂ ਕੋਕਾ, ਇਹ ਤਾਂ ਕੋਕੇ ਤੋਂ ਵੀ ਗਾਂ ਦਾ ਸਮਾਨ ਬਣ ਗਿਆ। ਬਿਲਕੁਲ ਜੀ, ਬਿਲਕੁਲ ਬਿਲਕੁਲ, ਇਹ ਤਾਂ ਹੈਰਾਨਗੀ ਵਾਲੀ ਗੱਲ ਆ। ਤਾਂ ਇਹਦਾ ਮਤਲਬ ਜੋ ਚਰਚਾਵਾਂ ਚੱਲ ਰਹੀਆਂ ਨੇ ਕਿ ਇੱਕ ਇੱਕ ਕਰਕੇ ਜੋ ਨਿਯੁਕਤੀਆਂ ਪਹਿਲਾਂ ਹੋਈਆਂ ਨੇ ਅਤੇ ਮਹੱਤਵਪੂਰਨ ਨੇ ਜੀ, ਉਹਨਾਂ ਨੂੰ ਬਦਲਿਆ ਜਾ ਬਦਲਿਆ ਜਾ ਰਿਹਾ। ਬਿਲਕੁਲ, ਇਹ ਰਾਹ ਪੱਧਰਾ ਕੀਤਾ ਜਾ ਰਿਹਾ ਕਿ ਮੁੱਖ ਮੰਤਰੀ ਦੇ ਬਰਾਬਰ, ਚਾਹੇ ਕੱਲ੍ਹ ਨੂੰ ਡਿਪਟੀ ਲੱਗ ਜਾਏ ਜੀ, ਚਾਹੇ ਮੁੱਖ ਮੰਤਰੀ ਦੇ ਬਰਾਬਰ ਆ ਕੇ ਇੱਕ ਕੁਰਸੀ ਦਿੱਲੀ ਤੋਂ ਡਹਿ ਜਾਵੇ। ਬਿਲਕੁਲ, ਇਹ ਸਾਫ਼ ਹੈ, ਸਪਸ਼ਟ। ਬਿਲਕੁਲ ਜੀ, ਇਹ ਗੱਲ ਵੀ ਹੋ ਸਕਦੀ ਹੈ ਕਿ ਤੁਸੀਂ ਕਿਸੇ ਪਾਸੇ ਭੱਜਣ ਜੋਗੇ ਨਹੀਂ ਹੈ।
ਤੁਹਾਡਾ ਕੋਈ ਕਹਿ ਲਓ ਕਿ ਕਹਿਣਾ ਮੰਨਣ ਵਾਲਾ ਨਹੀਂ ਹੈ ਜੀ, ਤੁਸੀਂ ਸਿਰਫ ਤੇ ਸਿਰਫ ਜੋ ਪਿੱਛੋਂ ਹੁਕਮ ਹੈ ਬੋਲਣ ਜੋਗੇ ਹੋ ਸਭ। ਤੇ ਇਹ ਬੜਾ ਵੱਖਰਾ ਨਜ਼ਾਰਾ ਹੈ ਇਸ ਵੇਲੇ, ਵੱਖਰਾ ਆਲਮ ਹੈ ਇਸ ਵੇਲੇ। ਜਿਵੇਂ ਤੁਸੀਂ ਕਹਿ ਰਹੇ ਹੋ ਭਾਈ ਭਾਈ, ਇਹ ਵੀ ਅਜੂਬਿਆਂ ਵਾਲੀ ਗੱਲ ਹੀ ਹੈ ਕਿ ਪਹਿਲੀ ਵਾਰੀ ਇੱਦਾਂ ਵੇਖ ਰਹੇ ਹਾਂ ਕਿ ਜਿਹੜਾ ਮਤਲਬ ਕੁਰਸੀ 'ਤੇ ਬੈਠਾ ਬੰਦਾ ਉਹਦੇ ਵਾਸਤੇ ਕੁਛ ਨਹੀਂ, ਕੁਝ ਵੀ ਨਹੀਂ ਹੈ ਜੀ। ਅਤੇ ਇੰਨੀ ਕਾਹਲੀ ਨਾਲ ਨਿਯੁਕਤੀਆਂ ਰੱਦ ਹੋ ਰਹੀਆਂ, ਅਸਤੀਫੇ ਆ ਰਹੇ ਆ ਜੀ ਜੀ ਜੀ, ਮਤਲਬ ਕਿ ਅਫਸਰ ਸ਼ਾਹੀ ਦੇ ਵਿੱਚ ਵੀ ਚਰਚਾਵਾਂ ਨੇ ਕਿ ਸਭ ਹੋ ਕੀ ਰਿਹਾ, ਕਰ ਕੌਣ ਰਿਹਾ, ਪਤਾ ਹੀ ਆ। ਕੋਈ ਬੋਲਦਾ ਨਹੀਂ ਹੈ ਵੈਸੇ ਜੀ, ਇਹ ਪਤਾ ਹੀ ਆ ਕਿ ਕਿਸ ਤਰ੍ਹਾਂ ਦੇ ਇਸ ਵੇਲੇ ਤਸਵੀਰ ਹੈ ਜੀ, ਤਾਂ ਸਪਸ਼ਟ ਹੈ। ਅਸੀਂ ਜਿਹੜੀ ਗੱਲ ਕਹਿ ਲਓ ਕਈ ਹਫ਼ਤਿਆਂ ਤੋਂ ਕਹਿ ਰਹੇ ਹਾਂ, ਬਿਲਕੁਲ, ਕਿ ਮਾਨ ਸਾਹਿਬ ਦਾ ਹਾਲ ਜਿਹੜਾ ਹੈ ਨਾ ਜੀ, ਉਹ ਇਸ ਵੇਲੇ ਜ਼ਖਮੀ ਪਰਿੰਦੇ ਵਰਗਾ ਹੋ ਗਿਆ। ਬਿਲਕੁਲ ਬਿਲਕੁਲ, ਉੱਡ ਨਹੀਂ ਸਕਦੇ ਉਹ ਜੀ, ਉੱਡ ਨਹੀਂ ਸਕਦੇ ਉਹ, ਪਰਵਾਜ਼ ਨਹੀਂ ਭਰੀ ਜਾ ਸਕਦੀ, ਪਰਵਾਜ਼ ਕੀ ਆਵਾਜ਼ ਹੀ ਨਹੀਂ ਆ ਰਹੀ, ਪਰਵਾਜ਼ ਤੇ ਦੂਰ, ਬਿਲਕੁਲ ਪਰਵਾਜ਼ ਤੇ ਦੂਰ ਦੀ ਗੱਲ ਹੈ ਸਾਹਿਬ, ਆਵਾਜ਼ ਹੀ ਨਹੀਂ ਆ ਰਹੀ। ਕੀ ਬਾਤ ਹੈ, ਤੁਸੀਂ ਵੀ ਬੜੇ ਸ਼ਾਇਰਾਨਾ ਹੋ, ਤੁਹਾਡੇ ਨਾਲ ਰਹਿ ਰਹਿ ਕੇ ਥੋੜਾ ਜਿਹਾ ਰੰਗ ਚੜ ਗਿਆ ਹੀ। ਖੈਰ ਅਜੀਬ ਜੀ ਕਹਿ ਰਹੇ ਨੇ ਕਿ ਭਗਵੰਤ ਮਾਨ ਨੇ ਉਹਨਾਂ ਨੇ ਬਲੀ ਦਾ ਬੱਕਰਾ ਬਣਾਉਣਾ। ਮਿੰਟੂ ਜੀ ਇੱਕ ਕਮੈਂਟ ਇੱਥੇ ਬੜਾ ਸੋਹਣਾ ਕੀਤਾ ਹੋਇਆ, ਇਹ ਸਟੇਟ ਆਫ EDM ਇਹਨਾਂ ਨੇ ID ਲਿਖਿਆ ਹੋਇਆ, ਕਹਿੰਦੇ ਕਿ ਮੇਰੇ ਮੋਮ ਕਹਿੰਦੇ ਬਿਗ ਸਪੋਰਟਰ ਸੀਗੇ ਆਪ ਦੇ ਅਤੇ ਭਗਵੰਤ ਮਾਨ ਦੇ ਸਪੋਰਟਰ ਸੀ, ਪਰ ਕਹਿੰਦੇ ਪਿਛਲੇ 15 ਦਿਨਾਂ ਤੋਂ ਤੁਹਾਡੀ ਇਹ ਨਿਊਜ਼ ਦੇਖਦੇ ਨੇ, ਤੁਹਾਡਾ ਚੈਨਲ ਦੇਖ ਰਹੇ ਨੇ, ਅਤੇ ਉਹ ਕਹਿ ਰਹੇ ਨੇ ਕਿ ਭਾਈ ਕਿੱਡਾ ਵੱਡਾ ਜਿਹੜਾ ਸੱਚ ਸੀ ਉਹ ਸਾਡੇ ਤੋਂ ਲੁਕੋਇਆ ਜਾ ਰਿਹਾ। ਸਰ ਅਸੀਂ ਕਦੇ ਸੱਚ ਦਾ ਦਾਅਵਾ ਨਹੀਂ ਕਰਦੇ ਕਿ ਅਸੀਂ ਮਤਲਬ ਕਿ ਕੋਈ ਦੁਨੀਆ ਦਾ ਅੰਤਮ ਸੱਚ ਬੋਲਦੇ ਹਾਂ, ਠੀਕ ਹੈ, ਜਾਂ ਸਾਡੀ ਜਾਣਕਾਰੀ ਜਿਹੜੀ ਹੈ ਸਭ ਤੋਂ ਤੇਜ਼ ਸਭ ਤੋਂ ਨਹੀਂ, ਉਹ ਕੰਮ ਹੀ ਨਹੀਂ, ਸਭ ਤੋਂ ਚਲੋ ਜਿੰਨਾ ਜੁਟਾ ਸਕਦੇ ਹਾਂ, ਸਾਡੇ ਕੋਲ ਸੀਮਤ ਵਸੀਲੇ ਸਰ, ਇੱਕ ਨਿੱਕੀ ਜਿਹੀ ਟੀਮ ਆ ਸਾਡੇ ਨਾਲ, ਉਹ ਤੇ ਆਮ ਅੱਜ ਸਿੰਗਲ ਫੈਮਿਲੀ ਵੱਡੀ ਹੁੰਦੀ ਹੈ, ਬਿਲਕੁਲ, ਪਰ ਬਾਵਜੂਦ ਅਸੀਂ ਲੱਗੇ ਹੋਏ ਹਾਂ ਸਾਹਿਬ, ਅਸੀਂ ਇਸ ਫੈਮਿਲੀ ਨੂੰ 10-20 ਤੋਂ ਇੱਥੋਂ ਤੱਕ ਲੈ ਕੇ ਆਏ ਹਾਂ ਜੀ ਜੀ, ਉਹ ਤੁਹਾਡਾ ਪਿਆਰ ਹੈ, ਤੁਹਾਡਾ ਵਿਸ਼ਵਾਸ ਹੈ ਜੀ ਜੀ, ਤੁਹਾਡਾ ਯਕੀਨ ਹੈ, ਪਰ ਚੰਗਾ ਲੱਗਦਾ ਮੈਨੂੰ ਜਦੋਂ ਕੋਈ ਵਿਸ਼ਵਾਸ ਕਰਦਾ ਹੈ, ਤੇ ਖਾਸ ਤੌਰ ਤੇ ਜਦੋਂ ਕੋਈ ਮਾਤਾ ਸਾਡੀ ਜੁੜਦੀ ਹੈ, ਬੀਬੀ ਭੈਣ ਸਾਡੀ ਜੁੜਦੀ ਹੈ, ਸਾਨੂੰ ਅੱਛਾ ਇਸ ਕਰਕੇ ਲੱਗਦਾ ਕਿ ਸਾਡੀਆਂ ਔਰਤਾਂ ਜਿਹੜੀਆਂ ਨੇ ਉਹ ਵੀ ਹੁਣ ਇਸ ਤਰ੍ਹਾਂ ਦੇ ਵਿਸ਼ਿਆਂ 'ਚ ਰੁਚੀਆਂ ਰੱਖ, ਬਿਲਕੁਲ ਬਿਲਕੁਲ, ਰਾਜਨੀਤੀ ਵਰਗੇ ਜਿਹੜੇ ਗੰਭੀਰ ਗੈਰ ਗੰਭੀਰ ਜਿਹੜੇ ਵਿਸ਼ੇ ਜਿਹੜੇ ਸਾਡੇ ਨਾਲ ਜੁੜੇ ਹੋਏ ਮੁੱਦੇ ਨੇ ਜੀ। ਹਰਪ੍ਰੀਤ ਸਿੰਘ ਜੀ ਕਹਿ ਰਹੇ ਨੇ ਕਿ ਪੰਚਾਇਤੀ ਚੋਣਾਂ ਤੇ ਵਿਚਾਰ ਵਟਾਂਦਰਾ ਕਰੋ। ਹਰਪ੍ਰੀਤ ਜੀ ਅਸੀਂ ਕਰ ਸਭ ਤੋਂ ਪਹਿਲਾਂ ਤੁਸੀਂ ਜਦੋਂ ਰਿਕਾਰਡਡ ਹੋਏਗਾ ਜਾਂ ਕਲਿੱਪਾਂ ਪੈਣਗੀਆਂ ਤੁਸੀਂ ਫਿਰ ਦੇਖ ਲੈਣਾ ਜੀ 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 ਜੀ। ਸ਼ੁਕਰੀਆ ਸਾਰਿਆਂ ਦਾ ਜਿਹੜੇ ਵੀ ਦੋਸਤ ਜੁੜੇ ਹੋਏ ਨੇ। ਮਿੰਟੂ ਜੀ ਅਗਲੀ ਖਬਰ ਵੱਲ ਨੂੰ ਆਪਾਂ ਚੱਲ ਗਏ। ਉੱਧਰ ਆਪਾਂ ਨਾ ਕੁਛ ਟਵੀਟਸ ਤੋਂ, ਕੁਛ ਰੀਲਾਂ ਤੋਂ, ਕੁਛ ਸ਼ੇਅਰਾਂ ਤੋਂ ਅੰਦਾਜ਼ੇ ਜੇ ਲਾਉਂਦੇ ਸੀ ਕਿ ਨਵਜੋਤ ਸਿੰਘ ਸਿੱਧੂ ਸ਼ਾਇਦ ਦੁਬਾਰਾ ਮੁੜਿਆ ਹੋਣ, ਤੇ ਉਹ ਨਹੀਂ ਕਿੱਥੇ ਮੁੜਦੇ ਜਿਨ੍ਹਾਂ ਦੇ ਤੂੰ ਪਿੰਡ ਪੁੱਛਦੀ, ਹਾਂ ਉਹ ਤੇ ਨਹੀਂ ਮੁੜਦੇ, ਉਹ ਤੇ ਹੁਣ ਛੇਤੀ ਨਹੀਂ ਮੁੜਦੇ ਜਿਨ੍ਹਾਂ ਨੇ ਵੈਬ ਸੀਰੀਜ਼ਾਂ ਸਾਈਨ ਕੀਤੀਆਂ ਹੋਈਆਂ ਨੇ, ਪਰ ਉੱਧਰ ਕਹਿੰਦੇ ਕਿ ਬੀਬੀ ਜੀ ਵਾਪਸ ਆਉਂਦੇ ਲੱਗਦੇ ਆ, ਉਹ ਆਪਦੇ ਜਿਹੜੇ ਵਰਕਰਾਂ ਦੇ ਨਾਲ ਗੱਲਬਾਤ ਕਰਦੇ ਫਿਰ ਨਜ਼ਰ ਆਉਂਦੇ ਆ, ਅਤੇ ਹੁਣ ਮੈਂ ਉਹ ਪਹਿਲਾਂ ਨਾਲ ਸਵਾਲ ਹੀ ਪੁੱਛਾਂ ਕਿ ਭਾਈ ਇਹਦੇ ਤੋਂ ਕੀ ਹੁਣ ਸੰਕੇਤ ਨਜ਼ਰ ਆਉਂਦੇ ਆ।